ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵੀ ਜਿਹੜੀ ਇਹ ਕਰੋਨਾ ਵਾਇਰਸ ਦੀ ਬਿਮਾਰੀ ਹੈ ਬਹੁਤ ਭੈੜੀ ਬਿਮਾਰੀ ਹੈ, ਇਹ ਤੋਂ ਬਚਣ ਦੇ ਹਰ ਯਤਨ ਆਪਾਂ ਨੂੰ ਹਰ ਲੰਮ ਰਲ ਮਿਲ ਕੇ ਕਰਨੇ ਚਾਹੀਦੇ ਆ। ਜੋ ਮੇਰੇ ਪਿੰਡ ਆ ਸਬਟਰ ਦਾ ਮੈਂ ਸਰਪੰਚ ਹਾਂ, ਜਿਹੜੇ ਮੇਰੇ ਕਲੱਬ ਦੇ ਆ ਸਬਟਰ ਦੇ ਜਿੰਨੇ ਵੀ ਨੌਜਵਾਨ ਮੁੰਡੇ ਆ ਸਾਰਿਆਂ ਦਾ ਬਹੁਤ ਵੱਡਾ ਸਾਥ ਆ, ਸਾਡੀ ਗ੍ਰਾਮ ਪੰਚਾਇਤ ਦਾ ਬਹੁਤ ਵੱਡਾ ਸਾਥ ਆ। ਅਸੀਂ ਪਿੰਡ ਦੇ ਆਲੇ ਦੁਆਲੇ ਸਾਰੇ ਰਾਹਾਂ ਤੇ ਨਾਕਾਬੰਦੀ ਕੀਤੀ ਹੈ, ਕੋਈ ਬਾਹਰ ਦਾ ਬੰਦਾ ਆਉਂਦਾ ਜਾਂਦਾ ਤਾਂ ਉਹ ਫਿਰ ਨਹੀਂ ਪੈ ਕੇ ਟੱਪ ਜਾਂਦਾ, ਕਿਸੇ ਨੂੰ ਪਰੇਸ਼ਾਨ ਵੀ ਨਹੀਂ ਕਰਨਾ, ਪਰ ਪਿੰਡ 'ਚ ਅਸੀਂ ਐਂਟਰ ਹੋਣੇ ਸਾਰੇ ਬੰਦ ਕੀਤੇ ਆ। ਜੇ ਕੋਈ ਖੁਦ ਵੀ ਆਪਦੇ ਵੀ ਰਿਸ਼ਤੇਦਾਰ ਆ ਸਾਰੇ ਹੀ ਮੁੰਡਿਆਂ ਨੂੰ ਵੀ ਇਹ ਸਮਝਾਇਆ, ਮੁੰਡੇ ਆਪ ਵੀ ਬਹੁਤ ਸੁਲਝੇ ਆ, ਜਿਹੜੇ ਸਾਡੇ ਕਲੱਬਾਂ ਦੇ ਮੁੰਡੇ ਆ ਬਹੁਤ ਸਿਆਣੇ ਮੁੰਡੇ ਆ, ਚੰਗੇ ਕੰਮਾਂ 'ਚ ਬਹੁਤ ਸਾਥ ਦਿੰਦੇ ਆ। ਆਪ ਵੀ ਸਾਰਿਆਂ ਨੂੰ ਆਪਦੇ ਰਿਸ਼ਤੇਦਾਰਾਂ ਨੂੰ ਵੀ ਰੋਕਿਆ ਵੀ ਤੁਸੀਂ ਪਿੰਡ 'ਚ ਨਹੀਂ ਆਉਣਾ ਜਿੰਨਾ ਚਿਰ ਇਹ ਬਿਮਾਰੀ ਚੱਲਦੀ ਹੈ, ਜੇ ਆਪਣੇ ਲੋਕਾਂ ਦਾ ਭਲਾ ਹੋ ਸਕੇ ਤਾਂ। ਪਰ ਅੱਗੇ ਤਾਂ ਜੋ ਕੁਛ ਕਰਨਾ ਵਾਹਿਗੁਰੂ ਨੇ ਕਰਨਾ, ਪਰ ਆਪਣਾ ਹਰ ਯਤਨ ਕਰਨ ਦਾ ਫਰਜ਼ ਬਣਦਾ ਹਰ ਬੰਦੇ ਦਾ, ਜਿੰਨੇ ਜਿੰਨੇ ਯੋਗਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਆਪਣੇ ਵਰਲਡ ਵਿੱਚ ਕਰੋਨਾ ਵਾਇਰਸ ਦੀ ਬਿਮਾਰੀ ਫੈਲੀ ਆ, ਇਸ ਨੂੰ ਰੋਕਥਾਮ ਪਾਉਣ ਲਈ ਅਸੀਂ ਪਿੰਡ ਆਸਾਪੁਰ ਦੀ ਗ੍ਰਾਮ ਪੰਚਾਇਤ ਸਾਰਾ ਜਨ ਸੇਵਾ ਸੁਸਾਇਟੀ ਕਲੱਬ ਦੇ ਮੈਂਬਰਾਂ ਨੇ ਕੱਲ੍ਹ ਨੂੰ ਲੈ ਕੇ ਅਸੀਂ ਆਪਦੇ ਪਿੰਡ ਨੂੰ ਬੰਦ ਕੀਤਾ ਹੋਇਆ। ਜੋ ਸਾਡੇ ਪਿੰਡ ਦੇ ਵਿੱਚ ਅਸੀਂ ਗੈਰ ਬੰਦਾ ਹਾਂ, ਪਿੰਡ ਵਿੱਚ ਨਹੀਂ ਵੜਨ ਦਿੰਦੇ, ਜੋ ਕੋਈ ਆਉਂਦਾ ਬਾਹਰ ਆਸੇ ਪਾਸੇ ਜਾਣਾ ਸਾਡੇ ਪਿੰਡ ਦੀਆਂ ਫਿਰਨੀਆਂ ਵੇਚਦੀ ਹੋ ਕੇ ਜਾ ਵੜਦਾ। ਅਸੀਂ ਸਾਰਾ ਜਨ ਸੇਵਾ ਸੁਸਾਇਟੀ ਜੋ ਕਲੱਬ ਦੇ ਮੈਂਬਰ ਸਾਡਾ ਸਹਿਯੋਗ ਦੇ ਰਹੇ, ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ। ਜੋ ਕਿ ਕਰੋਨਾ ਵਾਇਰਸ ਦੀ ਬਿਮਾਰੀ ਨੂੰ ਲੈ ਕੇ ਸਾਡੇ ਪਿੰਡ ਵਿੱਚ ਮੀਟਿੰਗ ਕੀਤੀ ਗਈ ਕਲੱਬ ਅਤੇ ਗ੍ਰਾਮ ਪੰਚਾਇਤ ਦੇ ਸਮੂਹ ਗ੍ਰਾਮ ਪੰਚਾਇਤ ਦੇ ਵਿਚਕਾਰ, ਅਸੀਂ ਇਹ ਰਾਇ ਕੀਤੀ ਕਿ ਸਾਰਿਆਂ ਨੇ ਮਿਲ ਕੇ ਕਿ ਪਿੰਡ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਇਹ ਪਿੰਡ ਨੂੰ ਸੀਲ ਕੀਤਾ ਜਾਵੇ, ਅਤੇ ਪਿੰਡ ਦੇ ਸਹਿਯੋਗ ਨਾਲ ਅਸੀਂ ਇਹ ਸਾਰੀਆਂ ਹੱਦਾਂ ਸੀਲ ਕਰ ਦਿੱਤੀਆਂ, ਅਤੇ ਜੋ ਵੀ ਬਾਹਰ ਦਾ ਬੰਦਾ ਆਉਂਦਾ ਉਹਨੂੰ ਅਸੀਂ ਐਂਟਰ ਨਹੀਂ ਹੋਣ ਦਿੰਦੇ, ਜੇ ਕੋਈ ਜ਼ਰੂਰੀ ਕੰਮ ਵਾਲਾ ਆਉਂਦਾ ਉਹਨੂੰ ਅਸੀਂ ਆਪਦੇ ਪਿੰਡ ਦੀ ਫਿਰਨੀ ਦੇ ਉੱਪਰ ਦੀ ਲੰਘਾਇਆ ਜਾਂਦਾ ਹੈ, ਕਿਉਂਕਿ ਪਿੰਡ ਦੇ ਵਿਚਕਾਰ ਅਸੀਂ ਐਂਟਰ ਨਹੀਂ ਹੋਣ ਦਿੰਦੇ, ਭਲਾਂ ਦੀ ਸਾਡਾ ਖੁਦ ਦਾ ਹੀ ਰਿਸ਼ਤੇਦਾਰ ਆ ਉਹਨੂੰ ਅਸੀਂ ਵਾਪਸ ਕਰ ਦਿੰਦੇ ਹਾਂ।